ਸ੍ਰੀ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਜੀ ਉਸ ਕਰਤਾ ਪੁਰਖ ਅਕਾਲ ਪੁਰਖ ਦੇ ਬਾਰੇ ਦੱਸਦੇ ਹੋਏ ਫਰਮਾਉਂਦੇ ਹਨ ਕਿ ਆਹਮ ਜੀ ਅਜੰਤ ਬੇ ਚਾਰੇ ਵਰਨ ਨਸਕਹ ਏਕ ਰੋਮਾਈ ਕਿਹੇ ਅਕਾਲ ਪੁਰਖ ਤੂੰ ਪੂਰੀ ਸ੍ਰਿਸ਼ਟੀ ਦੇ 84 ਲੱਖ ਜੀਵਾਂ ਨੂੰ ਸਾਜਦਾ ਬਣਾਉਂਦਾ ਤੇ ਲੈਤਾ ਕਰਦਾ ਅਸੀਂ ਤੇ ਕੀ ਹਾਂ ਤੇਰੇ ਅੱਗੇ ਅਸੀਂ ਤੇ ਵਿਚਾਰੇ ਬਹੁਤ ਭਾਵ ਲਾਜ਼ਾਰ ਹਾਂ ਤੇਰੇ ਅੱਗੇ ਕਿਉਂਕਿ ਅਸੀਂ ਤੇਰੇ ਇੱਕ ਰੋਮ ਜਿੰਨੇ ਇੱਕ ਵਾਲ ਜਿੰਨੀ ਵੀ ਤੇਰੀ ਸਿਫਤ ਨਹੀਂ ਕਰ ਸਕਦੇ ਭਾਵ ਥੋੜਾ ਜਿੰਨਾ ਵੀ ਤੇਰੇ ਬਾਰੇ ਦੱਸ ਨਹੀਂ ਸਕਦੇ ਅਸੀਂ ਤੇ ਕਿਸੇ ਜੋਗੇ ਵੀ ਨਹੀਂ ਇਸ ਕਰਕੇ ਤੂੰ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਲਾ